ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਜੀਓਗ੍ਰਾਫੀ ਦੇ ਮੋਸਟ ਇੰਪੋਰਟੈਂਟ 20 MCQ ਹੋਣਗੇ ਇਹ ਵੀਡੀਓ ਤੁਹਾਡੇ ਲਈ ਇੱਕ ਕੁਇਜ਼ ਦੀ ਤਰ੍ਹਾਂ ਹੋਵੇਗੀ ਤੁਸੀਂ ਹਰੇਕ ਕੁਸ਼ਣ ਦਾ ਆਨਸਰ ਜਿਹੜਾ ਨੋਟ ਕਰਨਾ ਹੈ ਤੇ ਵੀਡੀਓ ਦੇ ਐਂਡ ਵਿੱਚ ਆਪਣਾ ਸਕੋਰ ਜਿਹੜਾ ਕਮੈਂਟ ਕਰਨਾ ਹੈ ਇਸ ਤੋਂ ਤੁਸੀਂ ਕੀ ਹੈ ਆਪਣਾ ਲੈਵਲ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਕਿੰਨੀ ਕੁ ਤਿਆਰੀ ਹੈਗੀ ਨਾਲੇ ਇਕਲ ਹੋਰ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਟਾਈਮ ਨਾਲ ਮਿਲ ਸਕੇ ਹਾਂਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਹਾਂਜੀ ਸਟਾਰਟ ਕਰਦੇ ਹਾਂ ਜੀ ਫਰਸਟ ਕੁਐਸਚਨ ਤੋਂ ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਦੇ ਕਿਹੜੇ ਦੇਸ਼ ਨੂੰ ਸਭ ਤੋਂ ਪਹਿਲਾ ਸਥਾਨ प्राप्त ਹੈਗਾ ਹਾਂਜੀ ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਦੇ ਕਿਹੜੇ ਦੇਸ਼ ਨੂੰ ਸਭ ਤੋਂ ਪਹਿਲਾ ਸਥਾਨ ਜਿਹੜਾ ਪ੍ਰਾਪਤ ਹੈਗਾ ਚਾਰ ਆਪਸ਼ਨ ਦਿੱਤੇ ਨੇ ਫਰਸਟ ਹੈਗਾ ਭਾਰਤ ਸੈਕਿੰਡ ਦਿੱਤਾ ਹੈ ਚੀਨ ਥਰਡ ਹੈਗਾ ਅਮਰੀਕਾ ਤੇ ਫੋਰਥ ਦਿੱਤਾ ਹੈ ਨੇਪਾਲ ਹਾਂਜੀ ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਦੇਸ਼ ਹੈਗਾ ਉਹ ਹੈਗਾ ਜੀ ਚਾਈਨਾ ਆਪਸ਼ਨ ਨੰਬਰ ਸੈਕਿੰਡ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੈ ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਵਿਸ਼ਵ ਵਿੱਚ ਕਿਹੜਾ ਸਥਾਨ ਪ੍ਰਾਪਤ ਹੈਗਾ ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਵਿਸ਼ਵ ਵਿੱਚ ਕਿਹੜਾ ਸਥਾਨ ਪ੍ਰਾਪਤ ਹੈਗਾ ਚਾਰ ਆਪਸ਼ਨ ਨੇ ਫਸਟ ਹੈਗਾ ਪਹਿਲਾ ਸੈਕੰਡ ਹੈ ਜੀ ਦੂਜਾ ਥਰਡ ਆਪਸ਼ਨ ਹੈਗਾ ਤੀਜਾ ਤੇ ਫੋਰ ਦਿੱਤਾ ਜੀ ਚੌਥਾ ਹਾਂਜੀ ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਸਥਾਨ ਪ੍ਰਾਪਤ ਹੈਗਾ ਉਹ ਹੈਗਾ ਜੀ ਦੂਜਾ फस्ट नंबर तो है चाइना तो सैकेंड तो है इंडिया नैक्सट क्वेश्चन वाल हैं हाँ जी नैक्सट क्वेश्चन है वेरी ईजी है भारत की राजधानी कि भारत की राजधानी कि चार ऑप्शन ने अपने को फस्ट दिता है चेन्नई सैकेंड दिता है जी दिल्ली थर्ड हैगा कोलकाता फोर्थ दिता है, है मुंबई तो भारत की जोड़ी राजधानी हैगी हैगी जी दिल्ली অপশন বি ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਆਂਦਾ ਹੈ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ ਸੀ ਸਾਡੇ ਕੋਲ ਚਾਰ অপਸ਼ਨ ਨੇ ਫਸਟ ਹੈਗਾ 1911 ਵਿੱਚ ਸੈਕਿੰਡ ਦਿੱਤਾ ਹੈ 1923 ਵਿੱਚ ਥਰਡ ਹੈਗਾ 1912 ਵਿੱਚ ਤੇ ਫੋਰਥ ਦਿੱਤਾ ਹੈ 1913 ਵਿੱਚ ਹਾਂਜੀ ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਸੀ 1912 ਵਿੱਚ 1912 ਵਿੱਚ ਜਿਹੜੀ ਭਾਰਤ ਦੀ ਰਾਜਧਾਨੀ ਬਣੀ ਸੀ ਨਵੀਂ ਦਿੱਲੀ ਇਸ ਤੋਂ ਪਹਿਲਾਂ ਸੀ ਕੋਲਕਾਤਾ ਤੇ ਇੱਕ ਕਨਫਿਊਜ਼ਨ ਰਹਿੰਦੀ ਹੈ ਜੀ 1911 ਵਿੱਚ ਕਈ ਸਟੂਡੈਂਟ ਟਿਕ ਕਰ ਦਿੰਦੇ ਨੇ 1911 ਵਿੱਚ ਸਿਰਫ ਘੋਸ਼ਣਾ ਕੀਤੀ ਗਈ ਸੀ ਕਿ ਜਿਹੜੀ ਕੋਲਕਾਤਾ ਤੋਂ ਨਵੀਂ ਦਿੱਲੀ ਹੈ ਜਿਹੜੀ ਭਾਰਤ ਦੀ ਰਾਜਧਾਨੀ ਸ਼ਿਫਟ ਕੀਤੀ ਜਾਵੇਗੀ ਤੇ 1912 ਵਿੱਚ ਨਵੀਂ ਦਿੱਲੀ ਨੂੰ ਭਾਰਤੀ ਰਾਜਧਾਨੀ ਬਣਾ ਦਿੱਤਾ ਗਿਆ ਸੀ ਅਚਾ ਇੱਕ ਕੁਸ਼ਨ ਹੋਰ ਵੀ ਪੰਦਾ ਹੈ ਕਿ ਇਸ ਟਾਈਮ ਲੋਡ ਕੌਣ ਹੈਗਾ ਸੀ ਤਾਂ ਇਸ ਟਾਈਮ ਜਿਹਦਾ ਸ਼ਾਸਨ ਕਾਲ ਚੱਲ ਰਿਹਾ ਸੀ ਉਹ ਚੱਲ ਰਿਹਾ ਸੀ ਲੋਡ ਹਾਰਡਿੰਗ ਦਾ ਲੋਡ ਹਾਰਡਿੰਗ ਇਸ ਟਾਈਮ ਸ਼ਾਸਨ ਕਰ ਰਹੀ ਸੀ ਤੇ ਉਸ ਟਾਈਮ ਜਿਹੜੀ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸ਼ਿਫਟ ਹੋ ਗਈ ਸੀ ਕਲਕੱਤਾ ਤੋਂ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਹੈਗਾ ਨਵੀਂ ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਿਹੜੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਦਿੱਲੀ ਸੈਕੰਡ ਦਿੱਤਾ ਜੀ ਕੋਲਕੱਤਾ ਥਰਡ ਦਿੱਤਾ ਹੈ ਮੁੰਬਈ ਤੇ ਫੋਰਥ অপਸ਼ਨ ਹੈਗਾ ਚੇਨਈ ਹਾਂਜੀ ਹੁਣੇ ਹੀ ਆਪਾਂ ਉਤਲੇ ਕੁਐਸਚਨ 'ਚ ਡਿਸਕਸ ਕੀਤਾ ਸੀ ਕਿ ਨਵੀਂ ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਿਹੜੀ ਸੀ ਕੋਲਕਾਤਾ ਤੇ ਕੋਲਕਾਤਾ ਤੋਂ ਨਵੀਂ ਦਿੱਲੀ ਸ਼ਿਫਟ ਕਰਨ ਲਈ ਕੋਸ਼ਣਾ ਕਦੋਂ ਕੀਤੀ ਗਈ ਸੀ 1911 ਵਿੱਚ ਤੇ ਸ਼ਿਫਟ ਕਦੋਂ ਕੀਤੀ ਗਈ ਸੀ 1912 ਵਿੱਚ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਖੇਤਰਫਲ ਦੇ ਨਜ਼ਰੀਏ ਤੋਂ ਵਿਸ਼ਵ ਵਿੱਚ ਭਾਰਤ ਦਾ ਸਥਾਨ ਕਿਹੜਾ ਹੈਗਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਖੇਤਰਫਲ ਦੇ ਨਜ਼ਰੀਏ ਤੋਂ ਭਾਰਤ ਦਾ ਵਿਸ਼ਵ ਵਿੱਚ ਸਥਾਨ ਕਿਹੜਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਤੀਜਾ ਸੈਕੰਡ ਆਪਸ਼ਨ ਦਿੱਤਾ ਹੈ ਪੰਜਵਾਂ ਥਰਡ ਆਪਸ਼ਨ ਦਿੱਤਾ ਹੈ ਅੱਠਵਾਂ ਤੇ ਫੋਰਥ ਆਪਸ਼ਨ ਹੈਗਾ ਸੱਤਵਾਂ ਤਾਂ ਇਸ ਕੁਐਸਚਨ ਦਾ ਜਿਹੜਾ ਆਪਣਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਫੋਰਥ ਸੱਤਵਾਂ ਹਾਂਜੀ ਚੈੱਕ ਕਰ ਤੁਹਾਨੂੰ वीडियो चंकी लग रही है वीडियो नो जादा तो वीडियो लाइक करो तो ज़्यादा तो ज़्यादा शेयर करो जी नैक्सट क्वेश्चन वाल चलते हाँ जी सा नैक्सट क्वेश्चन है भारत का है? पारत कुल खेत्रफल कि आ क्वेश्चन भी वेरी वेरी इंपोर्टेंट है जी भारत का कुल फे खेत्रफल जरा कि है फस्ट ऑप्शन दिता है बत्ती लख सतासी हज़ार दो सौ त्रेहठ किलोमीटर सैकेंड ऑप्शन दिता है जी छत्ती लख सतासी हज़ार दो सौ त्रेहठ वर्ग किलोमीटर অপশন সি ਦਿੱਤਾ ਹੈ 3287263 ਵਰਗ ਕਿਲੋਮੀਟਰ ਤੇ फोर्थ অপশন ਹੈਗਾ 3687263 ਕਿਲੋਮੀਟਰ ਤਾਂ ભારત ਦਾ ਜਿਹੜਾ ਕੁੱਲ ਖੇਤਰਫਲ ਹੈਗਾ ਜੀ 3287263 ਵਰਗ ਕਿਲੋਮੀਟਰ অপশন ਬੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ 3287263 ਵਰਗ ਕਿਲੋਮੀਟਰ ਪੇ ਸਟੂਡੈਂਟ ਨੇ ਜਿਹੜਾ অপশন ਫਰਸਟ ਹੈ ਜਿਹੜਾ ਉਹ ਵੀ ਟਿਕ ਕਰਕੇ ਆ ਜਾਣਗੇ ਕਿਉਂਕਿ ਇਸ ਵਿੱਚ 32 ਲੱਖ 78263 ਕਿਲੋਮੀਟਰ ਦਿੱਤਾ ਜੀ ਅਗਲ ਤੁਸੀਂ ਧਿਆਨ ਰੱਖਣੀ ਹੈ ਕੀ ਹੋਣਾ ਚਾਹੀਦਾ ਹੈ ਵਰਗ ਕਿਲੋਮੀਟਰ ਇਸ ਲਈ অপਸ਼ਨ সেকেন্ডਾ ਜਿਹੜਾ ਆਪਣਾ கரੈਕਟ ਹੋ ਜਾਵੇਗਾ ਅਗਲ ਤੁਸੀਂ ਧਿਆਨ ਰੱਖਣੀ ਹੈ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਭਾਰਤ ਕਿੰਨੇ ਪਾਸਿਓਂ ਹਿੰਦ ਮਹਾਸਾਗਰ ਨਾਲ ਕਿਰਿਆ ਹੋਇਆ ਹੈ ਭਾਰਤ ਕਿੰਨੇ ਪਾਸਿਓਂ ਹਿੰਦ ਮਹਾਸਾਗਰ ਨਾਲ ਕਿਰਿਆ ਹੋਇਆ ਹੈ ਚਾਰ অপਸ਼ਨ ਦਿੱਤੇ ਨੇ ਫਸਟ ਹੈਗਾ ਚਾਰੇ ਪਾਸਿਓਂ ਸੈਕੰਡ ਦਿੱਤਾ ਜੀ ਤਿੰਨ ਪਾਸਿਓਂ ਥਰਡ অপਸ਼ਨ ਹੈਗਾ ਇੱਕ ਪਾਸਿਓਂ ਤੇ ਫੋਰਥ ਦਿੱਤਾ ਹੈ ਦੋ ਪਾਸਿਓਂ ਤਾਂ ਭਾਰਤ ਜਿਹੜਾ ਹਿੰਦ ਮਹਾਸਾਗਰ ਨਾਲ ਤਿੰਨ ਪਾਸਿਓਂ ਘਿਰਿਆ ਹੋਇਆ ਹੈ ਤੇ ਇਸ ਕੁਐਸ਼ਨ ਦਾ অপਸ਼ਨ ਸੈਕੰਡ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਤਿੰਨ ਪਾਸਿਓਂ ਨੈਕਸਟ ਕੁਐਸ਼ਨ ਵੱਲ ਚਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸ਼ਨ ਆਂਦਾ ਹੈ ਭਾਰਤ ਦੇ ਕਿਹੜੇ ਰਾਜ ਵਿੱਚ ਇਸਤਰੀ ਸਾਖਰਤਾ ਦਰ ਜਿਹੜੀ ਸਭ ਤੋਂ ਵਧੇਰੇ ਹੋਵੇਗੀ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਹੈਗਾ ਜੀ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਪੱਛਮੀ ਬੰਗਾਲ ਸੈਕੰਡ ਦਿੱਤਾ ਹੈ ਤਿਰਪੁਰਾ ਥਰਡ ਆਪਸ਼ਨ ਹੈਗਾ ਹਰਿਆਣਾ ਤੇ ਫੋਰਥ ਹੈਗਾ ਕੇਰਲ ਤਾਂ ਭਾਰਤ ਦੇ ਕੇਰਲ ਰਾਜ ਵਿੱਚ ਇਸਤਰੀ ਸ਼ਕਸ਼ਤਾ ਦਾ ਦਰ ਜਿਹੜੀ ਸਭ ਤੋਂ ਵਧੇਰੀ ਹੈਗੀ ਹੈ ਤਾਂ ਇਸ ਕੁਐਸਚਨ ਦਾ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ਆਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਮਕਰ ਰੇਖਾ ਸੈਕਿੰਡ ਦਿੱਤਾ ਹੈ ਕਰਕ ਰੇਖਾ ਥਰਡ ਆਪਸ਼ਨ ਹੈਗਾ ਪੂਮਤ ਰੇਖਾ ਤੇ ਫੋਰਥ ਦਿੱਤਾ ਜੀ ਉੱਤੇ ਦੱਸੇ ਸਾਰੇ ਹਾਂਜੀ ਭਾਰਤ ਨੂੰ ਜਿਹੜੀ ਦੋ ਸਮਾਨ ਪਾਗਾਂ ਵਿੱਚ ਵੰਡਦੀ ਹੈ ਉਹ ਹੈਗੀ ਜੀ ਕਰਕ ਰੇਖਾ ਆਪਸ਼ਨ ਬੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਆਂਦਾ ਹੈ ਭਾਰਤ ਦੀ ਉੱਤਰ ਤੋਂ ਦੱਖਣ ਤੱਕ ਦੀ ਲੰਬਾਈ ਕਿੰਨੀ ਹੈਗੀ ਹੈ ਯਾਨੀ ਕਿ ਭਾਰਤ ਦੀ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਦੀ ਲੰਬਾਈ ਕਿੰਨੀ ਹੈਗੀ ਹੈ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ 3234 ਕਿਲੋਮੀਟਰ ਸੈਕਿੰਡ ਦਿੱਤਾ ਹੈ ਜੀ 2933 ਕਿਲੋਮੀਟਰ ਥਰਡ ਹੈਗਾ 3214 ਕਿਲੋਮੀਟਰ ਤੇ ਫੋਰਥ ਦਿੱਤਾ ਹੈ 3314 ਕਿਲੋਮੀਟਰ ਤਾਂ ਭਾਰਤ ਦੀ ਜਿਹੜੀ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਲੰਬਾਈ ਹੈਗੀ ਹੈ ਉਹ ਹੈਗੇ ਜੀ 3214 ਕਿਲੋਮੀਟਰ ਆਪਸ਼ਨ ਬੀ ਹੈ ਜਿਹੜਾ ਇਸ ਕੁਸ਼ਣ ਦਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਹਾਂਜੀ ਨੈਕਸਟ ਕੁਐਸਚਨ ਹੈਗਾ ਭਾਰਤ ਦੀ ਪੂਰਬ ਤੋਂ ਲੈ ਕੇ ਪੱਛਮ ਤੱਕ ਦੀ ਲੰਬਾਈ ਕਿੰਨੀ ਹੈਗੀ ਹੈ? ਯਾਨੀ ਕਿ ਭਾਰਤ ਦੀ ਪੂਰਬ ਤੋਂ ਪੂਰਬ ਵਿੱਚ ਸਭ ਤੋਂ ਪੂਰਵੀ ਰਾਜ ਕਿਹੜਾ ਹੈਗਾ ਜੀ? ਅਰੁਣਾਚਲ ਪ੍ਰਦੇਸ਼ ਤੇ ਪੱਛਮ ਵਿੱਚ ਕਿਹੜਾ ਹੈਗਾ? ਗੁਜਰਾਤ। ਕਹਿੰਦਾ ਮਤਲਬ ਹੈਗਾ ਜੀ ਅਰੁਣਾਚਲ ਪ੍ਰਦੇਸ਼ ਤੋਂ ਗੁਜਰਾਤ ਤੱਕ ਦੀ ਲੰਬਾਈ ਕਿੰਨੀ ਹੈਗੀ ਹੈ? ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ 3234 ਕਿਲੋਮੀਟਰ ਸੈਕੰਡ ਦਿੱਤਾ ਜੀ 2933 ਕਿਲੋਮੀਟਰ ਥਰਡ অপਸ਼ਨ ਹੈਗਾ 10214 ਕਿਲੋਮੀਟਰ ਤੇ ਫੋਰਥ অপਸ਼ਨ ਹੈਗਾ 3314 ਕਿਲੋਮੀਟਰ ਤਾਂ ਭਾਰਤ ਦੀ ਜਿਹੜੀ ਪੂਰਬ ਤੋਂ ਲੈ ਕੇ ਪੱਛਮ ਤੱਕ ਦੀ ਜਿਹੜੀ ਲੰਬਾਈ ਹੈ ਉਹ ਹੈਗੀ ਜੀ 2933 ਕਿਲੋਮੀਟਰ ਇਸ ਕੁਸ਼ਣ ਦਾ অপਸ਼ਨ ਬੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਸ਼ਣ ਆਉਂਦਾ ਹੈ ਭਾਰਤ ਦੇ ਉੱਤਰ ਵੱਲ ਕਿਹੜੇ ਦੇਸ਼ ਹਨ ਵੈਰੀ ਵੈਰੀ ਇੰਪੋਰਟੈਂਟ ਕੁਸ਼ਣ ਹੈਗਾ भारत के उत्तर वल के चार ऑप्शन दते ने फस्ट है पाकिस्तान अफगानिस्तान से श्रीलंका सैकेंड ऑप्शन दिता नेपाल भूटान तो चीन थर्ड ऑप्शन दिता जी नेपाल बंगलादेश चीन तो फोर्थ ऑप्शन दिता है भूटान पाकिस्तान से श्रीलंका तो भारत के जेडे उत्तर वल देश है वह हाँ जी नेपाल भूटान थे चीन ऑप्शन फस्ट है जोड़ा अपना कोैक्ट हो जाएगा इस जेकर तुम्हें जाए ਭਾਰਤ ਦੇ ਦੱਖਣ ਵੱਲ ਕਿਹੜੇ ਦੇਸ਼ ਆਉਂਦੇ ਨੇ ਤਾਂ ਭਾਰਤ ਦੇ ਦੱਖਣ ਵੱਲ ਸ਼੍ਰੀਲੰਕਾ ਤੇ ਹਿੰਦ ਮਹਾਸਾਗਰ ਇਸ ਦੇ ਇਲਾਵਾ ਪੁੱਛਿਆ ਜਾਵੇ ਕਿ ਭਾਰਤ ਦੇ ਪੂਰਬ ਵੱਲ ਕਿਹੜੇ ਦੇਸ਼ ਆਉਂਦੇ ਨੇ ਤਾਂ ਭਾਰਤ ਦੇ ਪੂਰਬ ਵੱਲ ਬੰਗਲਾਦੇਸ਼ ਮਿਆਂਮਾਰ ਤੇ ਬੰਗਾਲ ਦੀ ਖਾੜੀ ਇਸ ਦੇ ਇਲਾਵਾ ਜੇਕਰ ਪੁੱਛਿਆ ਜਾਵੇ ਹੀ ਭਾਰਤ ਦੇ ਪੱਛਮ ਵੱਲ ਕਿਹੜੇ ਦੇਸ਼ ਆਉਂਦੇ ਨੇ ਤਾਂ ਪਾਕਿਸਤਾਨ ਤੇ ਅਰਬ ਸਾਗਰ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸ਼ਨ ਆਂਦਾ ਹੈ ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈਗਾ ਫੇਰੀ ਵੇਰੀ ਇੰਪੋਰਟੈਂਟ ਕੁਐਸ਼ਨ ਹੈਗਾ ਜੀ ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਵਿੱਚ ਸਭ ਤੋਂ ਵੱਡਾ ਦੇਸ਼ ਕਿਹੜਾ ਹੈਗਾ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਪਾਰਤ ਸੈਕੰਡ ਦਿੱਤਾ ਜੀ ਚੀਨ ਥਰਡ ਆਪਸ਼ਨ ਹੈਗਾ ਰੂਸ ਤੇ ਫੋਰਥ ਦਿੱਤਾ ਹੈ ਅਮਰੀਕਾ ਹਾਂਜੀ ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਵਿੱਚ ਸਭ ਤੋਂ ਵੱਡਾ ਦੇਸ਼ ਹੈਗਾ ਜੀ ਰੂਸ ਆਪਸ਼ਨ ਸੀ ਹੈ ਜਿਹੜਾ ਆਪਣਾ ਕੌਰੈਕਟ ਹੋ ਜਾਵੇਗਾ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਭਾਰਤ ਦਾ ਸਭ ਤੋਂ ਉੱਤਰੀ ਬਿੰਦੂ ਕਿਹੜਾ ਹੈਗਾ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਦਿੱਤਾ ਹੈ ਉਂਦਰਾਕੋਲ ਸੈਕੰਡ ਦਿੱਤਾ ਹੈ ਜੀ ਇਂਦਰਾ ਪੁਆਇੰਟ ਥਰਡ ਆਪਸ਼ਨ ਹੈਗਾ ਵਲਾਂਗੂ ਤੇ ਫੋਰਥ ਹੈਗਾ ਸਰਕਰੀਫ ਤਾਂ ਭਾਰਤ ਦਾ ਜਿਹੜਾ ਸਭ ਤੋਂ ਉੱਤਰੀ ਪੁਆਇੰਟ ਹੈਗਾ ਉਹ ਹੈਗਾ ਜੀ ਇਂਦਰਾਕੋਲ ਇਂਦਰਾਕੋਲ ਜਿਹੜਾ ਸਭ ਤੋਂ ਉੱਤਰੀ ਪੁਆਇੰਟ ਹੈਗਾ ਕਿੱਥੇ ਹੈਗਾ ਜੀ ਜੰਮੂ ਕਸ਼ਮੀਰ ਵਿੱਚ ਜੰਮੂ ਐਂਡ ਕਸ਼ਮੀਰ ਵਿੱਚ ਯਾਦ ਕਿਵੇਂ ਰੱਖਣਾ ਜੀ ਅਜਿਵੇਂ ਨਕਸ਼ਾ ਹੈਗਾ ਉੱਤੇ ਜੰਮੂ ਕਸ਼ਮੀਰ ਹੈਗਾ ਜੰਮੂ ਕਸ਼ਮੀਰ ਵਿੱਚ ਕੀ ਹੁੰਦੀ ਹੈ ਠੰਡ ਹੁੰਦੀ ਹੈ ਤੇ ਆਪਾਂ ਯਾਦ ਕਿਵੇਂ ਰੱਖਣਾ ਕੋਲ ਤੋਂ ਕੂਲ ਕੂਲ ਤੋਂ ਆਪਾਂ ਯਾਦ ਰੱਖਣਾ ਕੋਲ ਨਾਲ ਠੰਡ ਤੇ ਇਸ ਤੋਂ ਆਪਣਾ ਪੁਆਇੰਟ ਜਿਹੜਾ ਯਾਦ ਹੋ ਜਾਏਗਾ ਸਭ ਤੋਂ ਉੱਤਰੀ ਪੁਆਇੰਟ ਕਿਹੜਾ ਹੈਗਾ ਇੰਦਰਾ ਕੋਲ ਜਿਹੜਾ ਕਿੱਥੇ ਹੈਗਾ ਜੀ ਜੰਮੂ ਕਸ਼ਮੀਰ ਵਿੱਚ ਜੇਕਰ ਪੁੱਛਿਆ ਜਾਵੇ ਸਭ ਤੋਂ ਦੱਖਣੀ ਪੁਆਇੰਟ ਕਿਹੜਾ ਹਾਂਜੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਦਾ ਸਭ ਤੋਂ ਦੱਖਣੀ ਪੁਆਇੰਟ ਕਿਹੜਾ ਹੈਗਾ ਤਾਂ ਦੱਖਣੀ ਪੁਆਇੰਟ ਹੈਗਾ ਜੀ ਇੰਦਰਾ ਪੁਆਇੰਟ ਉਹ ਕਿੱਥੇ ਹੈਗਾ ਜੀ ਗ੍ਰੇਟ ਨਿਕੋਬਾਰ ਵਿੱਚ ਇਸ ਤੋਂ ਇਲਾਵਾ ਜੇਕਰ ਪੁੱਛਿਆ ਜਾਵੇ ਕਿ ਭਾਰਤ ਦਾ ਸਭ ਤੋਂ ਪੂਰਵੀ ਪੁਆਇੰਟ ਕਿਹੜਾ ਹੈਗਾ ਤਾਂ ਪੂਰਵੀ ਪੁਆਇੰਟ ਹੈਗਾ ਜੀ ਵਲੰਗੂ ਉਹ ਹੈਗਾ ਜੀ ਅਰੁਣਾਚਲ ਪ੍ਰਦੇਸ਼ ਰਾਜ ਵਿੱਚ ਤੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਦਾ ਜਿਹੜਾ ਸਭ ਤੋਂ ਪੱਛਮੀ ਪੁਆਇੰਟ ਕਿਹੜਾ ਹੈਗਾ ਤਾਂ ਉਹ ਹੈਗਾ ਜੀ ਸਰਕਰੀਫ ਉਹ ਬਣਿਆ ਹੈ ਜੀ ਗੁਜਰਾਤ ਵਿੱਚ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂ ਜੀ ਨੈਕਸਟ ਕੁਐਸਚਨ ਆਂਦਾ ਹੈ ਭਾਰਤ ਵਿੱਚ ਗਣਤੰਤਰ ਦੀ ਸਥਾਪਨਾ ਕਦੋਂ ਹੋਈ ਸੀ भारत में गणतंत्र की स्थापना कदों हुई सोल चार ऑप्शन दते हुए हैं फस्ट है पंद्रह अगस्त उन्नीस सौ संताली सैकेंड दिता जी छब्बी जनवरी उन्नीस सौ पाँह थर्ड ऑप्शन है छब्बी नवंबर उन्नीस सौ उन्जा तो फोरथ दिता छब्बी जनवरी उन्नीस सौ तीह भारत में गणतंत्र की जी स्थापना हुई सो हुई सी छब्बी जनवरी उन्नीस सौ पाँ ओप्शन बी है जोड़ा अपना को हो जाएगा नैक्सट क्वेश्चन वाल चलते हैं ਹਾਂਜੀ ਨੈਕਸਟ ਕੁਐਸ਼ਨ ਦਿੱਤਾ ਹੈ ਦੇਹਰਾਦੂਨ ਕਿਹੜੇ ਰਾਜ ਦੀ ਰਾਜਧਾਨੀ ਹੈਗੀ ਹੈ ਹਾਂਜੀ ਵੈਰੀ ਇਜ਼ੀ ਕੁਐਸ਼ਨ ਹੈਗਾ ਦੇਹਰਾਦੂਨ ਕਿਹੜੇ ਰਾਜ ਦੀ ਰਾਜਧਾਨੀ ਹੈਗੀ ਹੈ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਛੱਤੀਸਗੜ ਸੈਕੰਡ ਦਿੱਤਾ ਜੀ ਉੱਤਰਾਖੰਡ ਥਰਡ ਹੈਗਾ ਚਾਰਖੰਡ ਤੇ ਫੋਰਥ ਦਿੱਤਾ ਹੈ ਰਾਜਸਥਾਨ ਦੇਹਰਾਦੂਨ ਜਿਹੜੀ ਰਾਜਧਾਨੀ ਹੈਗੀ ਹੈ ਉਹ ਹੈਗਾ ਜੀ ਉੱਤਰਾਖੰਡ ਰਾਜ ਦੀ ਆਪਸ਼ਨ B ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸ਼ਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੈ ਭਾਰਤ ਵਿੱਚ ਕਿਹੜੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਸਥਾਨ ਪ੍ਰਾਪਤ ਹੈਗਾ ਭਾਰਤ ਵਿੱਚ ਕਿਹੜੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਸਥਾਨ ਪ੍ਰਾਪਤ ਹੈਗਾ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਨੇ ਫਰਸਟ ਹੈਗਾ ਪੰਜਾਬੀ ਸੈਕੰਡ ਦਿੱਤਾ ਹੈ ਉਰਦੂ ਥਰਡ ਦਿੱਤਾ ਹੈ ਜੀ ਹਿੰਦੀ ਤੇ ਫੋਰਥ ਹੈਗਾ ਅੰਗਰੇਜ਼ੀ ਤਾਂ ਭਾਰਤ ਵਿੱਚ ਜਿਹੜੀ ਭਾਸ਼ਾ ਹੈਗੀ ਹੈ ਉਹ ਹੈਗੀ ਜੀ ਹਿੰਦੀ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਸਥਾਨ ਪ੍ਰਾਪਤ ਹੈਗਾ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਹਾਂਜੀ ਅੱਜ ਦੇ ਲਾਸਟ ਕੁਐਸਚਨ ਵੱਲ ਚੱਲਦੇ ਹਾਂ। ਹਾਂਜੀ ਅੱਜ ਦਾ ਲਾਸਟ ਕੁਐਸਚਨ ਹੈਗਾ ਪੰਜਾਬ ਅਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਕਿਹੜੀ ਹੋएगी? ਵੈਰੀ ਇਜ਼ੀ ਕੁਐਸਚਨ ਹੈਗਾ। ਪੰਜਾਬ ਅਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਕਿਹੜੀ ਹੋएगी? ਚਾਰ ਆਪਸ਼ਨ ਦਿੱਤੇ ਹੋਏ ਨੇ। ਫਰਸਟ ਹੈਗਾ ਦੇਰਾ ਦੋਨ, ਸੈਕੰਡ ਹੈ ਜੀ ਗਾਂਧੀਨਗਰ, ਥਰਡ ਆਪਸ਼ਨ ਹੈਗਾ ਚੰਡੀਗੜ੍ਹ ਤੇ ਫੋਰਥ ਹੈਗਾ ਜੀ ਲਖਨਊ। ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਹੋ ਜਾਏਗਾ ਆਪਣਾ ਆਪਸ਼ਨ ਨੰਬਰ ਸੀ ਚੰਡੀਗੜ੍ਹ। ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ। जिन्ने ਤੁਹਾਡੇ ਸਕੋਰ ਹੋਏ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਟਾਈਮ ਨਾਲ ਮਿਲ ਸਕੇ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ